ਦੇਖ ਕੇ ਮੈਨੂੰ ਕਮੈਂਟ ਕਰਦੇ ਹੋ ਵੀ ਤੂੰ ਸੋਹਣੀ ਵਲੋਗਿੰਗ ਕਰਦੀ ਆ ਕਿ ਨਹੀਂ ਕਰਦੀ, ਮੈਨੂੰ ਤੁਸੀਂ ਸੋਹਣੀ ਕਹਿਣਾ ਜਿਹੋ ਜਿਹੀ ਮਰਜ਼ੀ ਵਲੋਗਿੰਗ ਹੋਵੇ, ਤੁਹਾਨੂੰ ਐਪਲੀਕੇਸ਼ਨ ਸੋਹਣੀ ਕਹਿਣਦੀ ਆ। ਪੰਜਾਬ ਨਾਲੋਂ ਜ਼ਿਆਦਾ ਸੋਹਣੇ ਨਜ਼ਾਰੇ ਮੈਂ ਕਿਤੇ ਨਹੀਂ ਦੇਖੇ, ਪਤਾ ਨਹੀਂ ਮੇ ਬੀ ਹਰ ਬੰਦਾ ਜਿੱਥੇ ਕਿਉਂਕਿ ਬੋਰਨ ਹੁੰਦਾ ਹੈ ਨਾ ਉੱਥੇ ਉਹ ਜ਼ਿਆਦਾ ਕਨੈਕਟਡ ਫੀਲ ਕਰਦਾ ਹੈ। ਅਤੇ ਆਏ ਹਾਏ ਪੁਲਿਸ ਦੀਆਂ ਹਾਈ ਲਕਸ ਵਾਲੀਆਂ ਗੱਡੀਆਂ, ਲੋਕਾਂ ਦਾ ਪੁਲਿਸ ਪਿੱਛਾ ਕਰਦੀ ਹੈ ਅਤੇ ਆਪਾਂ ਪੁਲਿਸ ਦਾ ਪਿੱਛਾ ਕਰ ਰਹੇ ਹਾਂ, ਕਿਉਂ ਕਿਉਂਕਿ BM ਹੈ ਤਾਂ ਬਹੁਤ ਸੋਹਣੀ ਬਾਈ ਦਾ ਵੇ, ਬਹੁਤ ਮਸਤ ਲੱਗਦੀ ਹੈ ਚਲਾਉਣੀ। ਅਤੇ ਅੱਜ ਇੱਕ ਛੋਟਾ ਜਿਹਾ ਇੰਟਰਵਿਊ ਸੌਰਟ ਆਫ ਚੀਜ਼ ਹੈਗੀ ਆਪਣੀ, ਅਤੇ ਆਪਾਂ ਚੱਲੇ ਹਾਂ ਸੈਕਟਰ 10। ਇਹ ਲਓ ਜੀ ਪਾਇਆ ਗੇਅਰ ਦੂਜਾ, ਚੱਕ ਦੋ ਫੱਟੇ। ਆਹ ਨਿਊਟਰਲ ਵਾਲਾ ਕੰਮ ਬੜਾ ਖਰਾਬ ਹੈ ਬਾਈ ਗੋਡ। ਚਲੋ ਜੀ ਚਲੋ ਸੈਕਟਰ 10, ਵੀ ਆਰ ਲੀਵਿੰਗ ਫੋਰ ਦੈਟ। ਅਤੇ ਆਏ ਹਾਏ ਪੁਲਿਸ ਦੀਆਂ ਹਾਈ ਲਕਸ ਵਾਲੀਆਂ ਗੱਡੀਆਂ, ਆਹਾ ਰਾਜੇ ਬਣਾ ਦੇ ਰਾਜੇ। ਹਾਂ ਟਾਟਾ ਪੰਚ ਜਾਂਦੀ ਹੋਈ, ਬਹੁਤ ਸੋਹਣੀਆਂ ਸੋਹਣੀਆਂ ਕੁੜੀਆਂ ਆਉਣਗੀਆਂ ਅੱਜ, ਆਈ ਗੈਸ ਉਹਨਾਂ ਨੂੰ ਮਿਲਣ ਦਾ ਮੌਕਾ, ਆਈ ਮੀਨ ਮਿਲਾਂਗੇ ਯਾਰ ਮਿਲਣ ਦਾ ਮੌਕਾ, ਕਿ ਕੁੜੀਆਂ ਸੋਹਣੀਆਂ ਨੇ ਤਾਂ ਮਿਲਾਂਗੇ। ਅਤੇ BM ਟੇ ਆਪਾਂ ਚੌੜਾ ਮਾਰਦੇ ਹੋਏ, ਸੋਹਣਾ ਮੌਸਮ ਅੱਜ, ਧੁੱਪ ਨਹੀਂ ਹੈਗੀ। ਅਤੇ ਅੱਜ ਮੈਨੂੰ ਉਹ ਕੱਪੜੇ ਪਾਉਣੇ ਪਏ ਜੋ ਮੈਂ ਪਾਉਣੇ ਨਹੀਂ ਸੀਗੇ, ਮਤਲਬ ਯਾਰ ਇਹ ਜੈਕਟ ਦਾ ਨਾ ਇੱਕ ਐਲਬੋ 'ਤੇ ਜਿਹੜਾ ਗਾਰਡ ਆ ਉਹ ਐਕਚੁਲੀ ਟੁੱਟਿਆ ਹੋਇਆ। ਅਤੇ ਫਨੀ ਥਿੰਗ, ਮੈਂ ਰੋਡ ਰੂਲਸ 'ਤੇ ਲੈਕਚਰ ਦੇਣ ਜਾਣਾ ਅੱਜ, ਆਪਣਾ ਗਾਰਡ ਮੇਰਾ ਟੁੱਟਿਆ ਪਿਆ ਜੈਕਟ ਦੇ ਅੰਦਰ, ਪਵਾਇਆ ਹੈ ਨਹੀਂ ਮੈਂ ਹਾਲੇ, ਬੜੇ ਕੱਚੇ ਜਿਹੇ ਗਾਰਡ ਆ ਯਾਰ ਇਹਦੇ ਰਾਇਨੋਕਸ 'ਤੇ। ਚਲੋ ਐਨੀਵੇਜ਼ ਪਵਾ ਲਾਂਗੇ, ਪੈਟਰੋਲ ਪਵਾ ਲਿਆ ਜੀ ਆਪਾਂ, ਅਤੇ ਹੁਣ ਆਪਾਂ ਰੁਕਣਾ ਨਹੀਂ ਕਿਤੇ ਵੀ, ਲਾਈਟਾਂ 'ਤੇ ਰੁਕਾਂਗੇ ਬਸ, ਹੋਰ ਨਹੀਂ ਕਿਤੇ ਆਪਾਂ ਰੁਕਦੇ। ਆਹ ਲਓ ਜੀ ਆਹ ਇੱਕ ਇੰਟਰਕੌਮ ਫੇਲ ਨੇ ਨਾ, ਮੇਰਾ ਜੀਣਾ ਹਰਾਮ ਕੀਤਾ ਹੋਇਆ, ਪਹੁੰਚ ਕੇ ਕੰਮ ਖਤਮ ਕਰਕੇ ਫਿਰ ਆਹ ਇੰਟਰਕੌਮ ਕਨੈਕਟਰ ਨੂੰ ਮੈਂ ਸੈੱਟ ਕਰੂੰ, ਹੁਣ ਤਾਂ ਇੱਦਾਂ ਹੀ ਜਾਊਂ। ਆਏ ਹਾਏ ਪਲੇਨ ਜਾ ਰਿਹਾ, ਕਿੰਨਾ ਸੋਹਣਾ ਲੱਗ ਰਿਹਾ, ਪੰਜਾਬ ਨਾਲੋਂ ਜ਼ਿਆਦਾ ਸੋਹਣੇ ਨਜ਼ਾਰੇ ਮੈਂ ਕਿਤੇ ਨਹੀਂ ਦੇਖੇ, ਪਤਾ ਨਹੀਂ ਮੇ ਬੀ ਹਰ ਬੰਦਾ ਜਿੱਥੇ ਕਿਉਂਕਿ ਬੋਰਨ ਹੁੰਦਾ ਹੈ ਨਾ ਉੱਥੇ ਉਹ ਜ਼ਿਆਦਾ ਕਨੈਕਟਡ ਫੀਲ ਕਰਦਾ ਹੈ। ਅਤੇ ਜਿਹੜੇ ਸਿੰਘ ਬਾਹਰ ਚਲਾਉਂਦੇ ਨੇ ਮੋਟਰਸਾਈਕਲ, ਆਈ ਡੋਂਟ ਨੋ ਹਾਊ ਟੂ ਦੇ ਫੀਲ, ਆਈ ਹੋਪ ਉੱਦਾਂ ਹੀ ਫੀਲ ਕਰਦੇ ਹੋਣੇ ਜਿੱਦਾਂ ਆਪਾਂ ਇੱਥੇ ਫੀਲ ਕਰਦੇ ਹਾਂ, ਕਿਉਂਕਿ ਹੁਣ ਤਾਂ ਉਹ ਉੱਥੋਂ ਦਾ ਹੀ ਹੋ ਗਿਆ ਆਲਮੋਸਟ। ਬਟ ਯੈਸ, ਸਮਵੇਅਰ ਯੂ ਫੀਲ ਕਿ ਹਾਏ ਕਾਸ਼ ਪੰਜਾਬ ਹੁੰਦਾ, ਕਿਉਂਕਿ ਜੇ ਜਦੋਂ ਮੈਂ ਚਲਾਈ ਸੀ ਨਾ ਸੱਚ ਪਾਸ ਵਗੈਰਾ ਇੱਧਰ ਉੱਧਰ ਬਾਈਕ, ਆਈ ਵਾਜ਼ ਲਾਈਕ ਯਾਰ ਘਰ ਆ ਜਾਏ ਘਰ ਆ ਜਾਏ, ਘਰ ਦੇ ਕੋਲ ਹੀ ਇਹੋ ਜਿਹੇ ਨਜ਼ਾਰੇ ਹੋਣੇ ਚਾਹੀਦੇ ਆ। ਹਾਂ ਸਾਡੇ ਪੰਜਾਬ 'ਚ ਹੁਣ ਪਹਾੜ ਨਹੀਂ ਹੈਗੇ, ਪਹਿਲਾਂ ਵਾਲੇ ਪੰਜਾਬ 'ਚ ਪਹਾੜ ਵੀ ਸੀਗੇ ਐਂਡ ਐਵਰੀਥਿੰਗ, ਕਿਉਂਕਿ ਜਿਹੜਾ ਇਲਾਕਾ ਹੁਣ ਪਾਕਿਸਤਾਨ ਚਲਾ ਗਿਆ ਨਾ, ਇੱਕ ਚੈਨਲ ਹੈ ਪਾਕਿਸਤਾਨੀ ਯੂਟਿਊਬਰ ਦਾ, ਉਹ ਆਲਮੋਸਟ ਬਹੁਤ ਤਗੜੀਆਂ ਰਾਈਡਸ ਕਰ ਚੁੱਕਾ ਹੈ ਆਲਰੇਡੀ, ਅਤੇ ਉਹਨੇ ਵਿਖਾਇਆ ਸੀ ਕਿ ਜੇ ਕਿਤੇ ਪਾਕਿਸਤਾਨ ਪੰਜਾਬ ਅੱਜ ਇਕੱਠੇ ਹੁੰਦੇ ਸਾਡੇ ਕੋਲ ਵੀ ਉਹ ਹੋਣਾ ਸੀ, ਆਈ ਥਿੰਕ ਕੀ ਆ ਉਹ ਲੇਹ ਲੱਦਾਖ ਐਂਡ ਆਲ ਦੈਟ ਸਟਫ। ਚਲੋ ਐਨੀਵੇਜ਼ ਹੁਣ ਸਾਡੇ ਕੋਲ ਪਹਾੜ ਨਹੀਂ ਰਹੇ, ਅਤੇ ਇਟਸ ਓਕੇ ਫਾਈਨ, ਦੂਰ ਵੀ ਤਾਂ ਨਹੀਂ ਹੈਗੇ, ਕਿਹੜਾ ਵੀਜ਼ਾ ਲੱਗਦਾ ਜਿਹੜਾ ਸਾਨੂੰ ਔਖਾ ਹੋਊਗਾ, ਜਾ ਨਹੀਂ ਸਕਦੇ ਅਸੀਂ। ਅਤੇ ਬੜੀ ਕੰਸਟਰਕਸ਼ਨ ਚੱਲਦੀ ਹੈ ਇੱਥੇ, ਥਾਂ ਥਾਂ ਕੰਸਟਰਕਸ਼ਨ, ਅਤੇ ਬਣਾ ਲੈਂਦੇ ਨੇ ਫਿਰ ਭੁੱਲ ਜਾਂਦੇ ਨੇ ਵੀ ਅੱਛਾ ਕੁਛ ਹੋਰ ਬਣਾਉਣਾ ਸੀਗਾ, ਫਿਰ ਪੱਟਣ ਬਹਿ ਜਾਂਦੇ ਨੇ, ਜਿਵੇਂ ਹੁਣ ਆ ਫਲਾਈਓਵਰ ਕੱਢਣਾ ਸੀ ਪਹਿਲਾਂ ਹੀ ਯਾਰ ਤੁਸੀਂ ਕਰਕੇ ਰੱਖ ਲੈਂਦੇ, ਪਤਾ ਤਾਂ ਹੁੰਦਾ ਸਰਕਾਰਾਂ ਨੂੰ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਜੱਟ ਦੀ ਰਾਈਡ ਨੂੰ ਬੀਬੀਆਂ ਦੇਖਦੀਆਂ, ਮੂਹਰੇ ਜਾਂਦੀ CH ਨੰਬਰ ਕੁਛ ਕੁਛ ਕਰਕੇ, ਹਿਊਂਡਈ ਦੀ ਕਾਰ ਹੈ ਕਿਹੜੀ, ਹਾਂ ਹਿਊਂਡਈ ਆ,
ਬੀਬੀਆਂ ਦੇਖ ਕੇ ਖੁਸ਼ ਹੋ ਕੇ ਬਰਾਬਰ ਚਲਾ ਕੇ ਗਈਆਂ। ਮੈਂ ਉਸ ਟਾਈਮ ਕੈਮਰਾ ਨਹੀਂ ਸੀ ਔਨ ਕੀਤਾ ਹੋਇਆ। ਆਈ ਹੈਵ ਮਿਸ ਦ ਮੋਮੈਂਟ ਬਟ ਯਾ ਇਟ ਰੀਲੀ ਫੀਲ ਸੋ ਗੁੱਡ ਜਦੋਂ ਕੁੜੀਆਂ ਦੇਖਦੀਆਂ। ਆਈ ਡੋਂਟ ਕੇਅਰ ਅਬਾਊਟ ਬੋਇਜ਼। ਉਹ ਤਾਂ ਹੈਗੇ ਆ ਘਰ ਦੇ ਦੇਖਣ ਨੂੰ, ਘਰ ਦੇ ਦੇਖ ਕੇ ਚਾਰ ਤਰੀਫਾਂ ਕਰ ਦਿੰਦੇ, ਆਪਾਂ ਸੱਤਵੇਂ ਅਸਮਾਨ 'ਚ ਪਹੁੰਚ ਜਾਈਦਾ। ਦੈਟਸ ਇਨਫ ਫੋਰ ਮੀ। ਬਾਕੀ ਦੁਨੀਆ ਦੀ ਤਰੀਫ ਜਿਹੜੇ ਸਿੰਸੀਅਰ ਨੇ ਉਹਨਾਂ ਦੀ ਸੋਹਣੀ ਲੱਗਦੀ ਆ, ਬਾਕੀ ਤਾਂ ਯੂ ਨੋ ਬਸ ਝਾੜ ਝੰਬ ਜਾਈ ਆ, ਹੋਰ ਤਾਂ ਕੁਛ ਖਾਸ ਹੈ ਨਹੀਂ। ਐਨੀਵੇਜ਼ ਇਟ ਫੀਲਸ ਸੋ ਗੁੱਡ ਜਦੋਂ ਕੁੜੀਆਂ ਦੇਖਦੀਆਂ। ਆਏ ਹਾਏ ਘੈਂਟ, ਬੜਾ ਘੈਂਟ ਲੱਗਦਾ ਉਦੋਂ। ਅਤੇ ਪਹੁੰਚ ਗਏ ਜੀ ਆਪਾਂ 6 ਫੇਸ 100 ਚੰਡੀਗੜ੍ਹ। ਸੋਹਣਾ ਜਿਹਾ ਸ਼ਹਿਰ ਜਿਹਨੂੰ ਆਪਾਂ ਪੱਥਰਾਂ ਦਾ ਸ਼ਹਿਰ ਵੀ ਕਹਿੰਦੇ ਬਾਈ ਦ ਵੇ। ਅਤੇ ਸਲੋ ਹੀ ਰੱਖਣੀ ਪੈਣੀ ਆ। ਇੰਟਰਕੌਮ ਫੇਲਡ, ਟਰਾਈ ਅਗੇਨ ਲੇਟਰ। ਮੈਂ ਬੀਬੀ ਟਰਾਈ ਕਰ ਹੀ ਨਹੀਂ ਰਹੀ ਕਿ ਮੇਰਾ ਕਿਸੇ ਦੇ ਨਾਲ ਕਨੈਕਸ਼ਨ ਜੁੜ ਜਾਏ। ਫੋਰ ਦਾ ਮੂਮੈਂਟ ਆਈ ਐਮ ਨੋਟ ਟਰਾਇੰਗ ਐਟ ਆਲ। ਬਾਈਕ ਦਾ ਫਾਇਦਾ, 2-3 ਕਾਰਾਂ ਵਾਲਿਆਂ ਨੇ ਮਤਲਬ ਲਿਟਰਲੀ ਲਾਈਕ ਨਾ ਪਿੱਛੇ ਲਾਈ ਹੋਈ ਸੀ, ਲੈ ਬਾਬਾ ਤੂੰ ਚਲਾ ਲਾ, ਕਰਨਾ ਕੀ ਚਾਹੁੰਦਾ ਯਾਰ ਤੂੰ। ਮੈਂ ਨਹੀਂ ਜਾਣਾ ਭੀੜ ਭਾੜ ਵਾਲੇ ਇਲਾਕੇ 'ਚ ਨੂੰ, ਆਪਾਂ ਇੱਧਰ ਨੂੰ ਜਾਵਾਂਗੇ। ਖਾਲੀ ਪਈ ਆ ਸੜਕ ਸਾਰੀ। ਚੰਡੀਗੜ੍ਹ ਦੇ ਚੱਕਰਾਂ ਨੇ, ਯਾਨੀ ਕਿ ਰਾਊਂਡ ਅਬਾਊਟਸ ਨੇ, ਚੱਕਰਾਂ ਨੇ ਐਸਾ ਚੱਕਰ ਪਾਇਆ ਹੋਇਆ ਕਿ ਦਿਮਾਗ ਪੂਰਾ ਹਿਲਾਇਆ ਹੋਇਆ। ਸਮਝ ਨਹੀਂ ਆਉਂਦਾ ਜਿਹੜਾ ਪਹਿਲੀ ਵਾਰ ਆਉਂਦਾ ਚੰਡੀਗੜ੍ਹ ਦੇ ਵਿੱਚ, ਉਹਦਾ ਵਿਚਾਰੇ ਦਾ ਕੀ ਬਣਦਾ ਹੋਊਗਾ। ਉਹ ਤਾਂ ਸਮਝ ਹੀ ਨਹੀਂ ਆਉਂਦਾ ਹੋਊਗਾ ਕਿ ਸਾਲਾ ਸੜਕ ਟੱਪੀ 34, ਸੜਕ ਟੱਪੀ 35। ਸਮਝ ਹੀ ਨਹੀਂ ਆਉਂਦਾ ਕਿ 34 'ਚ ਬਣਾ ਕੇ 35 'ਚ ਬਣਾ ਜਾਣਾ 37 'ਚ। ਯਾ ਦਿਸ ਯੂਜ਼ ਟੂ ਬੀ ਵੈਰੀ ਕਨਫਿਊਜ਼ਿੰਗ ਥਿੰਗ ਫੋਰ ਮੀ ਐਜ਼ ਵੈਲ। ਮੈਂ ਵੀ ਬੜਾ ਖੋਂਦੀ ਹੁੰਦੀ ਸੀ, ਹਾਏ ਸਾਲਾ ਜਾਣਾ ਕਿੱਥੇ ਆ, ਪਹੁੰਚ ਕੇ ਕਿੱਥੇ। ਰਾਊਂਡ ਅਬਾਊਟਸ ਅਤੇ ਯੂਨੀਵਰਸਿਟੀ ਆ ਗਈ ਆ, ਹਾਏ ਹਾਏ ਮਿੱਤਰਾਂ ਦੀ ਯੂਨੀਵਰਸਿਟੀ, ਹਾਏ ਹਾਏ ਘੈਂਟ ਜਗ੍ਹਾ ਹੈ ਵੀ। ਬੜੇ ਟਾਈਮ ਪਾਸ ਕੀਤੇ ਨੇ ਇੱਥੇ ਨਿਆਣਿਆਂ ਦੇ ਨਾਲ, ਮਤਲਬ ਸਹੇਲੀਆਂ ਦੇ ਨਾਲ। ਉਦੋਂ ਕੁਛ ਹੁੰਦਾ ਨਹੀਂ ਸੀ ਅੱਲੇ ਪੱਲੇ, ਹੁਣ ਮੋਟਰਸਾਈਕਲ ਚੁੱਕੇ ਹੋਏ ਨੇ, ਹੁਣ ਕੀ ਫਾਇਦਾ ਮੋਟਰਸਾਈਕਲਾਂ ਦਾ। ਉਦੋਂ ਤਾਂ ਨਜ਼ਾਰਾ ਆਉਂਦਾ ਬਈ ਹਾਂ ਸਹੇਲੀਆਂ ਨਾਲ ਆਊਟਿੰਗ ਮਾਰਨੀ ਹੈ। ਮੈਂ ਤਾਂ BMW 'ਤੇ ਜਾਣਾ ਬਈ, ਤੁਸੀਂ ਆਪਣੀਆਂ ਸਕੂਟੀਆਂ 'ਤੇ ਜਾਇਓ। ਹੁਣ ਸਭ ਕੁਛ ਆ, ਉਦੋਂ ਕੁਛ ਵੀ ਨਹੀਂ ਸੀਗਾ, ਮਤਲਬ ਐਜ਼ ਇਨ ਸਟੂਡੈਂਟਾਂ ਦੇ ਅੱਲੇ ਪੱਲੇ ਕੀ ਹੁੰਦਾ ਜਿਹੜੇ ਮਤਲਬ ਮੀਡੀਓਕਰ ਘਰਾਂ ਤੋਂ ਹੁੰਦੇ ਆ। ਹੁਣ ਕਮਾ ਲਿਆ ਧਮਾ ਲਿਆ, ਹੁਣ ਤਾਂ ਆਪਣੇ ਵਾਸਤੇ ਹੀ ਆ ਬਸ ਸਾਰਾ ਕੁਛ। ਪਹੁੰਚ ਗਏ ਹਾਂ ਜੀ ਡੈਸਟੀਨੇਸ਼ਨ Sector 10, ਅਤੇ ਆਈ ਹੋਪ ਆਈ ਫੀਲ ਕਿ ਉਹ ਆਲਰੇਡੀ ਸਾਰੇ ਪਹੁੰਚ ਚੁੱਕੇ ਨੇ, ਬਸ ਮੈਂ ਹੀ ਹਾਂ ਇੱਕ ਜਿਹੜਾ ਲੇਟ ਆ। ਲੋਸਟ ਜਿਹਾ ਹੋ ਗਈ ਮੈਂ ਵੀ, ਇੱਕ ਵਾਰ ਤਾਂ ਖੋ ਗਈ ਸੀ। ਅੱਛਾ ਇੱਧਰ ਨੂੰ ਮੁੜਨਾ। ਕਰਮਾਂ ਨੂੰ ਜਾਲੇ ਪੁੱਤਾ ਕੇਸ ਕਿਉਂ ਕਟਾ। ਹਾਏ ਗਰਲਸ, ਹਾਏ ਯੂ, ਹਾਏ ਟੀਵੀ। ਮੈਂ ਤਾਂ ਇੱਦਾਂ ਕਹਿਣਾ ਸੀਗਾ ਹੈ ਨਾ ਕਿ ਮੇਰਾ ਕੈਮਰਾ ਚੱਲਦਾ ਰਹਿ ਗਿਆ, ਮੈਨੂੰ ਪਤਾ ਲੱਗਿਆ ਨਹੀਂ, ਖਿਆਲ ਹੈ ਨਹੀਂ, ਕਿਉਂਕਿ ਆਪਾਂ ਪੱਕੇ ਬਲੌਗਰ ਤਾਂ ਹੈ ਨਹੀਂ। ਸੋ 11-12 ਮਿੰਟ ਚੱਲਦਾ ਰਹੇਗਾ ਕੈਮਰਾ, ਉਹ ਪਤਾ ਨਹੀਂ ਕੀ ਰਿਕਾਰਡ ਕਰਦੇ ਰਿਹਾ ਆਪ ਹੀ, ਅਤੇ ਫਿਰ ਆਫ ਹੋ ਗਿਆ, ਮਤਲਬ ਬੈਟਰੀ ਗਈ। ਉਸ ਤੋਂ ਬਾਅਦ ਜੋ ਤੁਸੀਂ ਹੁਣ ਦੇਖ ਕੇ ਹਟੇ ਹੋ ਮਤਲਬ, ਅਤੇ ਮੈਂ ਫਿਰ ਬਸ ਕੁੜੀਆਂ ਨਾਲ ਗੱਲਾਂ ਬਾਤਾਂ ਕੀਤੀਆਂ, ਨਿਊਜ਼ 18 ਵਾਲੇ ਨੂੰ ਬੜਾ ਥੈਂਕ ਯੂ ਕੀਤਾ ਉਮੇਸ਼ ਭਾਅ ਜੀ ਨੂੰ। ਅਤੇ ਉਸ ਤੋਂ ਬਾਅਦ ਫਿਰ ਹੁਣ ਆਪਾਂ ਗਏ ਟੁਕਾਟੀ, ਗਏ ਮੈਂ ਸ਼ੋਰੂਮ ਬੈਠੀ, ਹਰ ਜੋਬ ਇਜ਼ ਮਾਈ ਫਰੈਂਡ ਨਾਓ।
ਅਤੇ ਉਹਨਾਂ ਨਾਲ ਬੈਠ ਕੇ ਕੌਫੀ ਸ਼ੋਪ ਵੀ ਪੀਤੀ। ਕਿਰਨ ਵੀ ਮੇਰੇ ਨਾਲ ਸੀ, ਉਹਨੇ ਵੀ ਕੌਫੀ ਸ਼ੋਪ ਵੀ ਪੀਤੀ ਅਤੇ ਉਸ ਤੋਂ ਬਾਅਦ ਫਿਰ ਕਿਨਾ ਆਪਦੇ ਘਰ ਨੂੰ ਅਤੇ ਮੈਂ ਆਪਦੇ ਘਰ ਨੂੰ। ਆਈ ਵਾਜ਼ ਇੰਜੋਇੰਗ ਦ ਵਿਊ ਐਂਡ ਆਈ ਵਾਜ਼ ਰਾਈਡਿੰਗ ਯੂ ਨੋ ਕੱਲਮ ਕੱਲੇ ਹਾਈਵੇ, ਜਿਹੜਾ ਮੀਂਹ ਤੋਂ ਬਾਅਦ ਸੋਹਣੇ ਲੱਗ ਰਹੇ ਸੀਗੇ ਬਹੁਤ। ਅਤੇ ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਸੋਲੋ ਡੋਲੋ ਕੁਛ ਚੰਗੀ ਜਿਹੀ ਰਾਈਡ ਕਰਾਂ, ਅਤੇ ਫਿਰ ਸੋ ਉਹਦੇ ਲਈ ਮੈਂ ਹੁਣ ਅਗਲੇ ਬਲੌਗ 'ਚ ਕੱਪੜੇ ਲੈਣ ਜਾ ਰਹੀ ਹਾਂ। ਜੋ ਤੁਸੀਂ ਇਸ ਤੋਂ ਬਾਅਦ ਦੇਖੋਗੇ ਤਾਂ ਬਲੌਗ ਦੇਖ ਲਿਓ, ਦੇਖ ਕੇ ਮੈਨੂੰ ਕਮੈਂਟ ਕਰ ਦਿਓ ਵੀ ਤੂੰ ਸੋਹਣੀ ਬਲੌਗਿੰਗ ਕਰਦੀ ਆ ਕਿ ਨਹੀਂ ਕਰਦੀ। ਮੈਨੂੰ ਤੁਸੀਂ ਸੋਹਣੀ ਕਹਿਣਾ, ਜਿਹੋ ਜਿਹੀ ਮਰਜ਼ੀ ਬਲੌਗਿੰਗ ਹੋਵੇ, ਤੁਹਾਨੂੰ ਐਪਲੀਕੇਸ਼ਨ ਸੋਹਣੀ ਕਹਿਣਦੀ ਆ। ਅੱਛਾ, ਮੈਂ ਤਾਂ ਇਹ ਕਹਿੰਦੀ ਸੀਗੀ ਹੈ ਨਾ ਕਿ ਮੈਂ ਅੱਜ ਦਾ ਪਤਾ ਨਹੀਂ ਕਿਹੋ ਜਿਹਾ ਬਲੌਗ ਬਣੂੰਗਾ ਅਤੇ ਬਲੌਗ ਬਣਾ ਰਹੀ ਹਾਂ। ਪਹਿਲਾਂ ਮੈਂ ਸੋਚਦੀ ਸੀਗੀ ਵੀ ਮੈਂ ਜਾਵਾਂਗੀ ਹੀਰਾਂ ਅਤੇ ਉੱਥੋਂ ਸ਼ੋਪਿੰਗ ਕਰਾਂਗੀ, ਫਿਰ ਮੈਂ ਸੋਚਿਆ ਨਹੀਂ ਇੰਨੇ ਪੈਸੇ ਲਾਉਣ ਦਾ ਕੋਈ ਫਾਇਦਾ ਹੈ ਨਹੀਂ, ਕਿਉਂਕਿ ਕੱਪੜੇ ਬਦਲ ਬਦਲ ਕੇ ਪਾਉਣ ਦਾ ਮੌਕਾ ਨਹੀਂ ਮਿਲਦਾ, ਜ਼ਿਆਦਾ ਇਨਵੈਸਟਮੈਂਟ 'ਚ ਕੱਪੜੇ ਵੀ ਘੱਟ ਆ ਰਹੇ ਹਾਂ, ਸੋ ਕਿੱਥੇ ਜਾਇਆ ਜਾਏ। ਫਿਰ ਮੈਂ ਸੋਚਿਆ ਇਲਾਂਟੇ, ਉਹ ਵੀ ਛੱਡੋ, ਹੁਣ ਆਪਾਂ ਜਾਵਾਂਗੇ 15 ਦੀ ਮਾਰਕੀਟ 'ਤੇ, ਉੱਥੋਂ ਲਵਾਂਗੇ ਕੱਪੜੇ। ਅਤੇ ਕਿਉਂਕਿ ਯੂ ਨੋ ਆਈ ਹੈਵ ਸ਼ੋਰਟੇਜ ਆਫ ਗੁੱਡ ਲੁਕਿੰਗ ਸੈਕਸੀ ਹਾਟ ਕ੍ਰਿਸਪੀ ਕਲੋਥਸ, ਅਤੇ ਉਹ ਲੈਣੇ ਨੇ ਅੱਜ ਆਪਾਂ ਨੇ। ਐਨੀਵੇਜ਼, ਚੱਲਦੇ ਹੋਏ ਆਪਾਂ ਮੀਂਹ ਦੇ ਵਿੱਚ। ਬਸ 15 ਦੀ ਮਾਰਕੀਟ ਪਟੇਲ ਮਾਰਕੀਟ ਪਹੁੰਚ ਗਏ। ਇੱਧਰ ਆ ਕੁੜੀਆਂ ਦਾ ਸੰਦ ਭਾਂਡੇ ਮਿਲਦੇ ਨੇ, ਇੱਧਰ ਸਾਹਮਣੇ ਮਾਰਕੀਟ ਹੈ ਅਤੇ ਇੱਧਰ ਪੀ ਜੀ ਸ਼ੇਜੀ ਆਇਆ ਹੋਇਆ, ਸੋਹਣਾ ਖੁੱਲ੍ਹਾ ਜਾਂਦਾ। ਯੈਸ, ਐਨੀਵੇਜ਼ ਆਪਾਂ ਇੱਥੇ ਵੜਨਾ ਹੁਣ ਅਤੇ ਫਿਰ ਲੈ ਕੇ ਹੀ ਦਿਖਾਵਾਂਗੇ ਤੁਹਾਨੂੰ, ਕਿਉਂਕਿ ਜੇ ਮੈਂ ਵਲੌਗ ਬਣਾਉਣ ਲੱਗ ਗਈ ਫਿਰ ਲਿਆ ਨਹੀਂ ਜਾਣਾ, ਜੇ ਲੈਣ ਲੱਗ ਗਏ ਫਿਰ ਵਲੌਗ ਨਹੀਂ ਬਣਾਇਆ ਜਾਣਾ। ਐਨੀਵੇਜ਼ ਆਪਾਂ ਲੈਂਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਫਿਲਹਾਲ ਹਾਲ ਦੀ ਘੜੀ ਮੈਂ ਇਹ ਖਾਣਾ ਅਤੇ ਖਾ ਕੇ ਫਿਰ ਜਾਊਂਗੀ ਸ਼ੋਪਿੰਗ ਕਰਨ, ਅਤੇ ਨਾਲ ਮੇਰੀ ਕੋਲਡ ਹੌਟ ਕੌਫੀ ਵੀ ਔਡਰਡ ਹੈ, ਉਹ ਥੋੜ੍ਹੀ ਦੇਰ 'ਚ ਆ ਜਾਊਗੀ। ਐਨੀਵੇਜ਼ ਇੰਜੋਇੰਗ ਬੈਸਟ। ਹੁਣ ਇਹ ਮਾਰਕੀਟ ਐਕਚੁਲੀ ਉਹ ਮਾਰਕੀਟ ਨਹੀਂ ਰਹੀ, ਨਾਓ ਇਟ ਇਜ਼ ਰੀਲੀ ਵੈਰੀ ਐਕਸਪੈਂਸਿਵ, ਬਹੁਤ ਐਕਸਪੈਂਸਿਵ ਹੈ। ਸੋ ਬੈਟਰ ਪ੍ਰੈਫਰ ਬ੍ਰਾਂਡਸ ਰੈਦਰ ਦੈਨ ਬਾਇੰਗ ਓਵਰ ਹੇਅਰ। ਮੈਂ ਤਾਂ ਚੱਲੀ ਇੱਥੋਂ, ਆਮ ਨੋਟ ਬਾਇੰਗ ਐਨੀਥਿੰਗ ਲੀਵਿੰਗ। ਲੋਕਾਂ ਦਾ ਪੁਲਿਸ ਪਿੱਛਾ ਕਰਦੀ ਹੈ ਅਤੇ ਆਪਾਂ ਪੁਲਿਸ ਦਾ ਪਿੱਛਾ ਕਰ ਰਹੇ ਹਾਂ, ਕਿਉਂ? ਕਿਉਂਕਿ ਪੰਜਾਬ ਪੁਲਿਸ ਕੋਲ ਕੀ ਆ, ਹਾਈਲਕਸ ਟਰੱਕ ਆਏ ਨੇ ਨਵੇਂ 108, ਅਤੇ ਚੰਡੀਗੜ੍ਹ ਪੁਲਿਸ ਕੋਲ ਕੀ ਆ, ਸਫਾਰੀ। Today so hogi meri shopping and now just going home, then maybe shayad raste de vich anything specific I can do, I'm tired. Anyways, see you in the next vlog. Sat Shri Akal ji again sare.